ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸਤਿਯੋਗ ਦੌਰਾਨ ਸਰਵਣ ਕੁਮਾਰ ਦੀ ਅੱਖਾਂ ਤੋਂ ਮਨਾਖੇ ਮਾਤਾ ਪਿਤਾ ਨੇ ਚਾਰ ਧਾਮ ਦੀ ਯਾਤਰਾ ਤੇ ਦਰਸ਼ਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਸਰਵਣ ਕੁਮਾਰ ਨੇ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਦਿਆਂ ਇੱਕ ਤੱਕੜੀ ਵਰਗੀ ਬੱਗੀ ਤਿਆਰ ਕੀਤੀ ਤੇ ਆਪਣੇ ਮਾਤਾ ਪਿਤਾ ਜੀ ਨੂੰ ਚਾਰ ਧਾਮ ਦੇ ਦਰਸ਼ਨਾਂ ਲਈ ਤੁਰ ਪਿਆ। ਅੱਜ ਦੇ ਕਾਲਯੁਗ 'ਚ ਜਿੱਥੇ ਬੱਚੇ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ ਉੱਥੇ ਹੀ ਇੱਕ ਵਾਇਰਲ ਹੋਈ ਵੀਡੀਓ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਢੰਡਾਵਾਲਾ ਦੀ ਇੱਕ ਨੌਜਵਾਨ ਲੜਕੀ ਜਿਸ ਦੇ 3 ਜਵਾਨ ਭਰਾ ਅਤੇ 1 ਭੈਣ ਮਰ ਚੁੱਕੇ ਹਨ ਅਤੇ ਮਾਂ ਦਾ ਪੱਟ ਟੁੱਟਿਆ ਹੋਇਆ ਹੈ ਅਤੇ ਬਾਪ ਵੀ ਚੱਲਣ ਤੋਂ ਅਸਮਰਥ ਹੈ ਅਤੇ ਉਹਨਾਂ ਦੇ ਘਰ 'ਚ ਕਮਾਉਣ ਵਾਲਾ ਵੀ ਕੋਈ ਨਹੀਂ ਹੈ ਅਤੇ ਉਹ ਹਰ ਰੋਜ਼ ਇੱਕ ਜੁਗਾੜੀ ਵਾਹਨ 'ਤੇ ਆਪਣੇ ਮਾਤਾ ਪਿਤਾ ਦਾ ਭਾਰ ਖਿੱਚ ਕੇ ਲੋਕਾਂ ਘਰ ਆਪਣੇ ਮਾਂ ਬਾਪ ਦੇ ਇਲਾਜ ਲਈ ਅਤੇ ਸਹਾਇਤਾ 'ਤੇ ਰੋਟੀ ਮੰਗਣ ਜਾਂਦੀ ਹੈ ਅਤੇ ਉਹਨਾਂ ਨੂੰ ਰਾਤ ਦੀ ਰੋਟੀ ਨਸੀਬ ਹੁੰਦੀ ਹੈ ਅਤੇ ਲੜਕੀ ਦੀ ਮਾਂ ਦਾ ਮੌਕੇ 'ਤੇ ਰੋ ਰੋ ਕੇ ਬੁਰਾ ਹਾਲ ਹੈ ਜਿਸ ਦੇ 3 ਪੁੱਤਰ ਅਤੇ 1 ਧੀ ਮੌਤ ਦੇ ਮੂੰਹ 'ਚ ਚਲੇ ਗਏ ਅਤੇ ਜਵਾਨ ਧੀ ਉਹਨਾਂ ਨੂੰ ਜੁਗਾੜੀ ਰਿਕਸ਼ੇ 'ਤੇ ਘਰ ਘਰ ਜਾ ਕੇ ਭੀਖ ਮੰਗ ਕੇ ਉਹਨਾਂ ਨੂੰ ਰੋਟੀ ਖਵਾ ਰਹੀ ਹੈ ਅਤੇ ਉਹਨਾਂ ਦੇ ਘਰ 'ਚ ਲੈਟਰਿੰਗ ਤੱਕ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਨੂੰ ਆਜ਼ਾਦ ਹੋਏ 71 ਸਾਲ ਹੋ ਗਏ ਹਨ ਅਤੇ ਕਿਸੇ ਸਰਕਾਰ ਦਾ ਵੀ ਇਸ ਪਰਿਵਾਰ ਵੱਲ ਧਿਆਨ ਨਹੀਂ ਗਿਆ। ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਜੋ ਬਹੁਤ ਹੀ ਸਰਕਾਰਾਂ ਅਤੇ ਦੇਸ਼ ਵਾਸਤੇ ਸ਼ਰਮ ਦੀ ਗੱਲ ਹੈ। ਹੁਣ ਲੋੜ ਹੈ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਗਰੀਬ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਉਹਨਾਂ ਦੀ ਮਾਲੀ ਮਦਦ ਕਰਕੇ ਰੋਟੀ ਜੋਗਾ ਕੀਤਾ ਜਾਵੇ। ਪੁੱਤ ਕੀ ਮੰਗਦੇ ਆ ਜਾ ਜਾ ਕੇ ਇੱਦਾਂ? ਕਿਸੇ ਤੋਂ ਚਾਹ ਮੰਗ ਲੈਣੀ, ਕਿਸੇ ਤੋਂ ਰੋਟੀ ਮੰਗ ਲੈਣੀ। ਸੰਗਤ ਜੀ ਰੋਟੀ ਮੰਗਦੇ ਆ, ਚਾਹ ਮੰਗਦੇ ਆ, ਕਿਸ ਦਾ ਗੇਟ ਖੜਕਾ ਕੇ ਚਾਹ ਮੰਗ ਲਈ, ਕਿਸ ਦੀ ਗੇਟ ਖੜਕਾ ਕੇ ਰੋਟੀ ਮੰਗ ਲਈ, ਕੋਈ ਦੇ ਦਿੰਦਾ ਕੋਈ ਨਹੀਂ ਦਿੰਦਾ। ਬਜ਼ੁਰਗਾਂ ਦੇ ਹਾਰਨੀਆਂ ਇਹ ਵਿਚਾਰੇ, ਨਾ ਕੋਈ ਦਵਾਈ ਦਿੰਦਾ ਜੀ। 3 ਭਰਾ ਸੀ ਬੱਚੀ ਦੇ, 3 ਹੀ ਮੁੱਕ ਗਏ, ਕੋਈ ਹੈਲਪ ਨਹੀਂ ਕਰਦਾ। ਬਜ਼ੁਰਗੋਂ ਕੋਈ ਹੈਲਪ ਕਰਦਾ ਕੋਈ? ਕਿਸ ਨੂੰ ਕੀ ਕੀ ਕਹਿੰਦੇ, ਦਵਾਈ ਦਵੂਈ ਮਿਲਦੀ ਹੈ ਕਿਤੋਂ? ਪੁੱਤ ਤੂੰ ਦੱਸ। ਮਾਤਾ ਜੀ ਕੋਈ ਗੱਲ ਨੀ, ਕੋਈ ਗੱਲ ਨੀ, ਹੌਸਲਾ ਰੱਖੋ, ਮਾਲਕ ਚੜ੍ਹਦੀ ਕਲਾ ਬਾਸ਼ੇ। ਕੋਈ ਨੀ, ਦਵਾਈ ਕਿਤੋਂ ਮਿਲਦੀ? ਸੰਗਤ ਜੀ ਦਵਾਈ ਤੱਕ ਨੀ ਕੋਈ ਦਿੰਦਾ। ਜੇ ਦਵਾਈ ਨੂੰ ਕਹਿੰਦੇ ਆ ਕੀ ਕਹਿੰਦੇ ਆ? ਧਾਰ ਨੀ ਦਿੰਦੇ। ਮੈਂ ਘਰ ਦਿਖਾ ਦਿੰਦਾ ਸੰਗਤ ਜੀ, ਇਹ ਬੱਚੀ ਦੇ ਜ਼ਿੰਦਗੀ ਜਿਹੜੀ ਆ ਏਦਾਂ ਹੀ ਸੁਬਹ ਲੈ ਕੇ ਨਿਕਲ ਜਾਂਦੀ ਆ। ਦੇਖੋ ਕਾਨਿਆਂ ਦੀ ਛੱਤ ਆ, ਠੀਕ ਆ ਜੀ, ਆਹ ਹਾਲਾਤ ਆ, ਆਹ ਬੈਡ ਆ ਜੀ, ਹਨਾ। ਸੁਬਹ ਲੈ ਕੇ ਨਿਕਲ ਜਾਂਦੀ ਆ ਇਹ ਆਪਣੇ ਮਾਂ ਬਾਪ ਨੂੰ, ਤੇ ਕੋਈ ਪੈਸੇ ਦਿੰਦਾ ਕੋਈ ਨਹੀਂ ਦਿੰਦਾ। ਇਹ ਬਾਪ ਆਪਣੇ ਡੈਡੀ ਦੇ ਇਲਾਜ ਵਾਸਤੇ ਪੈਸੇ ਇਕੱਠੇ ਕਰ ਰਹੀ ਆ ਬੱਚੀ, ਹਨਾ। ਏਦਾਂ ਹੀ ਆ ਪੁੱਤ, ਬਜ਼ੁਰਗੋ ਮੈਂ ਦਿਖਾ ਦੇਣਾ ਇਹਨਾਂ ਦੇ ਲੈਟਰੀਨ ਬਾਥਰੂਮ ਵੀ ਹੈ ਨੀ ਜੀ। ਲੈਟਰੀਨ ਬਾਥਰੂਮ ਵੀ ਪਹਿਲਾਂ ਇਹ ਦੇਖੋ ਝਾੜੀਆਂ 'ਚ ਜਾਂਦੇ ਆ, ਝਾੜੀਆਂ 'ਚ ਜਾਂਦੇ ਆ, ਫਿਰ ਧੀ ਜਵਾਨ ਵਿਚਾਰੀ ਇਹ ਝਾੜੀਆਂ 'ਚ ਜਾਂਦੀ, ਘਰੇ ਲੈਟਰੀਨ ਬਾਥਰੂਮ ਵੀ ਹੈ ਨੀ ਜੀ। ਸੰਗਤ ਜੀ ਇਹਨਾਂ ਦੇ ਇੰਨੀ ਕੁ ਮਾੜੀ ਹਾਲਾਤ ਆ। 3 ਭਾਈ ਮੁੱਕ ਗਏ ਬੱਚੀ ਦੇ, 1 ਭੈਣ ਮੁੱਕ ਗਈ, ਹਨਾ। ਤੇ ਏਦਾਂ ਹੀ ਹਰ ਰੋਜ਼ ਹੀ ਪੁੱਤ ਐ ਜਾਣੀ ਆ ਤੂੰ? ਹਰ ਰੋਜ਼ ਹੀ ਕੋਈ ਦਿਨ ਕੋਈ ਦੰਦਾ ਵੀ ਆ ਕੋਈ ਬਜ਼ੁਰਗ ਕਿ ਨਹੀਂ? ਦੇਖੋ ਜੀ 100-150 ਰੁਪਇਆ ਬਣਦਾ, ਬਹੁਤ ਵਿਚਾਰਿਆਂ ਦੇ ਔਖੇ ਜਿਹੜੇ ਹਾਲਾਤ ਆ ਜੀ। ਸੰਗਤ ਜੀ ਬੇਨਤੀ ਆ, ਬਜ਼ੁਰਗਾਂ ਦੇ ਹਾਰਨੀਆਂ ਵਾ, ਹਾਰਨੀਆਂ ਦੇ ਲਈ 5-5, 10-10 ਰੁਪਏ ਇਕੱਠੇ ਕਰ ਰਹੇ ਸਾਡੇ ਚਰਨਾਂ ਚ। ਬੇਨਤੀ ਆ ਜੀ ਵੀ ਇਹ ਬੱਚੀ ਦੀ ਜਿਹੜਾ ਭਵਿੱਖ ਆ
ਸੁਬਾਹ ਲੈ ਕੇ ਦੇਖੋ ਜੀ ਨਿਕਲ ਜਾਂਦੀ ਹੈ ਵਿਚਾਰੀ ਆਪਣੇ ਮਾਂ ਬਾਪ ਨੂੰ, ਤੇ ਏਦਾਂ ਹੀ ਦਿਨ ਨਿਕਲਦਾ, ਸ਼ਾਮ ਨੂੰ ਆ ਜਾਂਦੀ ਆ ਤੇ ਘਰ ਚ ਆਉਂਦਾ, ਘਰ ਵੀ ਚਾਹੁੰਦਾ ਪਤਾ ਨਾ। ਦੇਖੋ ਜੀ ਵਿਚਾਰੀ ਹਨਾ ਇਹ ਸਵੇਰ ਤੋਂ ਲੈ ਕੇ ਚਲੀ ਜਾਂਦੀ ਆ, ਬਜ਼ੁਰਗਾਂ ਦੇ ਹਾਰਨੀਆਂ ਵਾ, ਕੱਪੜਿਆਂ ਦੇ ਹਾਲਾਤਾਂ ਤੋਂ ਤੁਸੀਂ ਦੇਖੋ ਅੰਦਾਜ਼ਾ ਲਾ ਸਕਦੇ ਹੋ ਵਿਚਾਰਿਆਂ ਦੇ ਕਿੰਨੇ ਵਿਚਾਰੇ ਏਦਾਂ ਹੋਏ ਪਏ ਆ ਜੀ। ਮਾਂ ਦੀ ਵਿਚਾਰੀ ਲੱਤ ਟੁੱਟੀ ਹੋਈ ਆ ਦੇਖੋ, ਵੀ ਵਿਚਾਰੇ ਇੰਨੇ ਦੁਖੀ ਆ। ਧੀ ਸੁਬਾਹ ਵਿਚਾਰੀ ਕਿਸਦਾ ਗੇਟ ਖੜਕਾ ਕੇ ਰੋਟੀ ਨੂੰ ਕਹਿ ਦਿੰਦੀ ਆ, ਕਿਸੇ ਨੂੰ ਕੋਈ ਚਾਹ ਨੂੰ ਕਹਿ ਦਿੰਦੀ ਆ, ਟਾਈਮ ਨਿਕਲਦਾ ਵਾ। ਸੰਗਤ ਜੀ ਇਲਾਜ ਕਰਾਉਣ ਵਾਸਤੇ ਹੁਣ ਜਿਹੜਾ ਇੱਕ ਰੁਪਈਆ ਨਹੀਂ ਹੈਗਾ, ਏਦਾਂ ਹੀ ਆ ਪੁੱਤ। ਕੀ ਕਹਿਣਾ ਚਾਹੇਗੀ ਪੁੱਤ ਸੰਗਤ ਨੂੰ? ਦੇਖੋ ਜੀ ਬੱਚੇ ਸਾਹਿਬ, ਦੇਖੋ ਇੰਨਾ ਵਿਚਾਰੀ ਦਾ ਮਾੜਾ ਹਾਲ ਆ, ਬਜ਼ੁਰਗਾਂ ਦਾ ਰੋ ਰੋ ਕੇ ਮਾੜਾ ਹਾਲ ਆ, ਬਜ਼ੁਰਗਾਂ ਨੂੰ ਹਾਰਨੀਆਂ ਵਾ, ਮਾਤਾ ਦੀ ਲੱਤ ਟੁੱਟੀ ਆ, ਧੀ ਦੇ ਮੈਂ ਸੱਟਾਂ ਦਿਖਾ ਦਿੰਦਾ ਜੀ, ਧੀ ਦਾ ਐਕਸੀਡੈਂਟ ਕਰਤਾ ਸੀ ਉਹਨਾਂ ਨੇ। ਦੇਖੋ ਜੀ ਬਾਕੀ ਮੋਢੇ ਤੇ ਆ ਨਾ ਪੁੱਤ, ਮੋਢਾ ਮੈਂ ਦਿਖਾ ਨਹੀਂ ਸਕਦਾ ਜੀ ਹਨਾ, ਵੀ ਜਿੱਥੇ ਸੱਟ ਬਹੁਤ ਜ਼ਿਆਦਾ ਵਾ। ਸੰਗਤ ਜੀ ਵੀ ਇਹਨਾਂ ਦੀ ਜ਼ਿੰਦਗੀ ਦਾ ਸਵਾਲ ਆ, ਇਹ ਧੀ ਦੀ ਜ਼ਿੰਦਗੀ ਦਾ ਸਵਾਲ ਆ। ਲੈਟਰਿਨ ਬਾਥਰੂਮ ਤੱਕ ਬਾਹਰ ਜਾਂਦੇ ਆ, ਘਰ ਡਿੱਗਣ ਤੇ ਆਇਆ ਪਿਆ ਵਾ, ਕੋਈ ਪੰਜ ਦਸ ਰੁਪਈਏ ਦੀ ਮਦਦ ਨਹੀਂ ਕਰਦਾ, ਕਿਤੇ ਪੰਜ ਮੰਗਦੇ। ਇਹ ਕਿੰਨੇ ਕਿੰਨੇ ਪੈਸੇ ਬਜ਼ੁਰਗ ਦਿੰਦੇ ਆ? ਕੋਈ ਪੰਜ ਦਿੰਦਾ, ਕੋਈ ਦਸ ਦਿੰਦਾ, ਕੋਈ ਵੀਹ ਦਿੰਦਾ, ਇਹ ਤੋਂ ਬਾਅਦ ਕੋਈ ਦਿੰਦਾ। ਸੰਗਤ ਜੀ ਚਰਨਾਂ ਚ ਬੇਨਤੀ ਆ ਵੀ ਇਹ ਵਿਚਾਰੀ ਧੀ ਆ ਜਿਹੜੀ ਸੁਬਾ ਹੀ ਵਿਚਾਰੀ ਏਦਾਂ ਲੈ ਕੇ ਇਹਨਾਂ ਨੂੰ ਨਿਕਲ ਜਾਂਦੀ ਆ, ਕਿਤੋਂ ਰੋਟੀ ਮਿਲ ਜੇ ਰੋਟੀ ਖਾ ਲਈ, ਕੋਈ ਪੰਜ ਦਵਾਈ ਦਵਾਈ ਨੂੰ ਪੈਸੇ ਇਕੱਠੇ ਕਰਦੀ ਆ ਪੁੱਤ। ਸੰਗਤ ਜੀ ਚਰਨਾਂ ਚ ਬੇਨਤੀ ਆ ਵੀ ਹੱਥ ਬੰਨ ਕੇ ਬੇਨਤੀ ਆ, ਇਸ ਬੱਚੀ ਦਾ ਜਿਹੜਾ ਭਵਿੱਖ ਆ ਉਹ ਜਮਾਂ ਡਾਵਾਂ ਡੋਲ ਹੋਇਆ ਪਿਆ। ਮਾਤਾ ਦਾ ਇੰਨਾ ਦਰਦ ਨਾਲ ਵਿਚਾਰੀ ਦਾ ਬੁਰਾ ਹਾਲ ਆ ਵੀ ਜਿਹੜਾ ਇਲਾਜ ਕਰਾਉਣ ਵਾਸਤੇ ਪੈਸਾ ਤਾਂ ਦੂਰ, ਦਵਾਈ ਨੀ ਕੋਈ ਦਿੰਦਾ ਜੀ ਦਰਦ ਦੀ, ਹੈ ਨਾ ਪੁੱਤ? ਦਰਦ ਦੀ ਦਵਾਈ ਨੀ ਦਿੰਦਾ ਜੀ ਕੋਈ। ਲੱਤ ਵਿਚਾਰੀ ਆ ਦੇਖੋ, ਨਾਲ ਪਾਣੀ ਰੱਖ ਲਿਆ ਜੀ, ਠੀਕ ਹੈ ਜੀ, ਕਿਤੇ ਗੁਰਦੁਆਰੇ ਰੋਟੀ ਖਾ ਲਈ। ਸੰਗਤ ਜੀ ਚਰਨਾਂ ਚ ਬੇਨਤੀ ਆ ਵੀ ਸਾਡਾ ਸਾਥ ਦਿਓ, ਇਸ ਬੱਚੀ ਦੀ ਜ਼ਿੰਦਗੀ ਦਾ ਜਿਹੜਾ ਜਿਹੜਾ ਸਵਾਲ ਆ। ਪਿੰਡ ਘੰਡਾ ਬੰਨਾ ਜੀ, ਜੇ ਕੋਈ ਵੀ ਸਿੱਧਾ ਵੀ ਆ ਕੇ ਹੈਲਪ ਕਰ ਸਕਦਾ, ਤੇ ਬਠਿੰਡੇ ਚ ਪੈਂਦਾ ਜੀ ਇਹ ਪਿੰਡ। ਚਰਨਾਂ ਚ ਬੇਨਤੀ ਹੈ ਜੀ, ਇਹ ਬੱਚੀ ਦੀ ਜ਼ਿੰਦਗੀ ਜਿਹੜੀ ਰੁਲੀ ਪਈ ਆ ਜੀ, ਵਿਚਾਰੀ ਸੁਬਾਹ ਲੈ ਕੇ ਆਪਣੇ ਮਾਂ ਬਾਪ ਨੂੰ ਚਲੀ ਜਾਂਦੀ ਆ, ਸਾਡਾ ਸਾਥ ਦਿਓ। ਸਾਡਾ ਮੋਬਾਈਲ ਨੰਬਰ 9969191316 8969191316। ਵੀਡੀਓ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਦਾਨੀ ਵੀਰ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਟੀ ਦਹੂਜਾ, ਦਿਵਿਆ ਪੰਜਾਬ ਟੀਵੀ, ਜਲਾਲਾਬਾਦ।